ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਨੂੰ ਕਰ ਲਓ ਓਕੇ, ਤਾਂ ਕਿ ਸਾਡੀ ਹਰ ਨਹੀਂ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ। ਦੋਸਤੋ, ਅੱਜ ਵਾਲੀ ਵੀਡੀਓ ਐਂਡ ਤੱਕ ਦੇਖਣੀ ਹੈ, ਸਾਡੀ ਆਪਣੇ ਵੀਰਾਂ ਨੂੰ ਖਸੂਸੀ ਰਿਕੁਐਸਟ ਹੈ। ਅੱਜ ਜਨਾਬ ਅਸੀਂ ਅਨਮੋਲ ਪੰਜਾਬ ਟੀਵੀ 'ਤੇ ਇੱਕ ਸ਼ਾਹਕਾਰ ਤੋਹਫੇ ਦੀ ਵੀਡੀਓ ਲੈ ਕੇ ਆ ਗਏ ਹਾਂ ਜਨਾਬ। ਇਨਸ਼ਾਅੱਲਾ ਅਸੀਂ ਉਮੀਦ ਕਰਾਂਗੇ ਕਿ ਵੀਡੀਓ ਸਾਡੇ ਵੀਰਾਂ ਨੂੰ ਆਏਗੀ ਪਸੰਦ। ਮਾਸ਼ਾਅੱਲਾ, ਜੈਨੂਇਨ ਥੱਬਿਆਂ ਦੇ ਹਵਾਨੇ ਝੋਟੀ ਦੇ ਕੋਲ ਦੂਸਰਾ ਸੂਆ ਇਸ ਝੋਟੀ ਨੇ ਸੂਣਾ ਹੈ। ਦਿਨ 4 ਤੋਂ 5 ਝੋਟੀ ਸੂਣ ਦੇ ਵਿੱਚ ਲੈਂਦੀ ਹੈ। ਪਿਓਰ ਨੀਲੀ ਦਾ ਖਾਸ ਜਾਨਵਰ ਹੈ। ਬੱਲਾ ਮੱਥਾ, ਬੱਗੀ ਮੁੱਛ, ਅੱਖ ਝੋਟੀ ਨੂੰ ਸਫੈਦ ਚਿੱਟੀ, ਦੂਸਰਾ ਸੂਆ ਇਸ ਝੋਟੀ ਨੇ ਸੂਣਾ। ਪਹਿਲੇ ਸੂਏ ਦਾ 22 ਤੋਂ 23 ਲੀਟਰ ਦਾ ਰਿਕਾਰਡ। ਹੁਣ ਵੀ ਜਨਾਬ ਇਹ ਦੁੱਧ ਮਾਲਕਾਂ ਦੇ ਕਿੱਲੇ 'ਤੇ ਆਪਾਂ ਚਵਾ ਸਕਦੇ ਹਾਂ। ਦੂਸਰਾ ਸੂਆ ਇਸ ਝੋਟੀ ਨੇ ਸੂਣਾ ਹੈਗਾ, ਜੈਨੂਇਨ ਥੱਬਿਆਂ ਦੇ ਹਵਾਨੇ ਨੇ। ਪਹਿਲਣਾ ਝੋਟੀਆਂ ਵਾਲਾ ਥਣ ਲੱਗਿਆ। ਮਾਸ਼ਾਅੱਲਾ, ਮਰਲੇ ਮਰਲੇ ਦੀ ਵੰਡ ਥਣਾਂ ਦੇ ਵਿੱਚ, ਹਵਾਨੇ ਦੇ ਉੱਪਰ ਬਟਨ ਵੀ ਨਜ਼ਰ ਆ ਰਹੇ ਨੇ। ਫੁੱਟ ਫੁੱਟ ਹਵਾਨਾ ਬਾਹਰ ਕੱਢਿਆ ਹੋਇਆ ਝੋਟੀ ਨੇ। ਅਨਮੋਲ ਪੰਜਾਬ ਟੀਵੀ ਦੀ ਜ਼ੀਨਤ ਬਣ ਗਿਆ ਜਾਨਵਰ। ਹਮੇਸ਼ਾ ਤੋਂ ਸਫ਼ਰ ਕਰੀਦਾ, ਮਿਹਨਤ ਕਰੀਦੀ ਏ। ਮਿਹਨਤ ਕਰਕੇ ਜਨਾਬ, ਸਫ਼ਰ ਕਰਕੇ ਜਿਹੜਾ ਜਾਨਵਰ ਆਪਣੇ ਦਿਲ ਨੂੰ ਚੰਗਾ ਲੱਗਦਾ, ਉਸ ਜਾਨਵਰ ਦੀ ਵੀਡੀਓ ਲਾਈ ਦੀ। ਅੱਜ ਵੀ ਜਨਾਬ ਇਹ ਦੁੱਧ ਦੀ ਨਹਿਰ, ਇਹ ਅਨਮੋਲ ਹੀਰਾ, ਇਹ ਪਿਓਰ ਨੀਲੀ ਦਾ ਬ੍ਰਾਂਡ ਅਨਮੋਲ ਪੰਜਾਬ ਟੀਵੀ ਦੀ ਜ਼ੀਨਤ ਬਣਿਆ ਹੈਗਾ। ਜਿਨ੍ਹਾਂ ਦੋਸਤਾਂ ਨੇ, ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਡੀ ਇਹ ਖਸੂਸ ਰਿਕੁਐਸਟ ਹੈ ਕਿ ਅਨਮੋਲ ਪੰਜਾਬ ਟੀਵੀ ਤੁਹਾਡਾ ਆਪਣਾ ਚੈਨਲ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। 22 ਤੋਂ 23 ਲੀਟਰ ਦਾ ਰਿਕਾਰਡ ਪਹਿਲੇ ਸੂਏ ਦਾ ਇਸ ਝੋਟੀ ਦਾ। ਹੁਣ ਵੀ ਜਨਾਬ ਮਾਲਕ ਆਪਣੇ ਕਿੱਲੇ 'ਤੇ ਦੁੱਧ ਚਵਾ ਸਕਦੇ ਨੇ। ਮਾਸ਼ਾਅੱਲਾ, ਪਿੱਛੋਂ ਝੋਟੀ ਅਸਮਾਨ 'ਤੇ, ਅੱਗੋਂ ਜ਼ਮੀਨ 'ਤੇ ਹੈਗੀ ਹੈ, ਇੱਕ ਹੱਡੀ ਕੁਹਾੜੇ ਵਰਗੀ। ਫੁੱਲ ਸ਼ੌਕੀਨ ਜਾਨਵਰ ਅਨਮੋਲ ਪੰਜਾਬ ਟੀਵੀ ਦੀ ਜ਼ੀਨਤ ਬਣ ਗਿਆ। ਦੂਸਰਾ ਸੂਆ ਇਸ ਝੋਟੀ ਨੇ ਸੁਣਿਆ ਹੈਗਾ। ਦਿਨ 4 ਤੋਂ 5 ਝੋਟੀ ਸੂਣ ਦੇ ਵਿੱਚ ਲੈਂਦੀ ਏ। ਡਿਮਾਂਡ ਦੋਸਤੋ ਇਸ ਜਾਨਵਰ ਦੀ 15 ਲੱਖ ਰੁਪਿਆ, 15 ਲੱਖ ਰੁਪਿਆ ਇਸ ਜਾਨਵਰ ਦੀ ਡਿਮਾਂਡ ਏ। ਇਸ ਦੇ ਵਿੱਚ ਇਨਸ਼ਾਅੱਲਾ ਖਸੂਸੀ ਮੁਹੱਬਤਾਂ, ਸ਼ਫਕਤਾਂ ਹੋਣਗੀਆਂ ਔਰ ਇਨਸ਼ਾਅੱਲਾ ਕਰਵਾਵਾਂਗੇ। 15 ਲੱਖ ਰੁਪਿਆ ਡਿਮਾਂਡ ਇਸ ਜਾਨਵਰ ਦੀ। ਰਾਬਤਾ ਨੰਬਰ 0311-6615-132, 0311-6615-132 ਇਹ ਆਪਣਾ ਵਟਸਐਪ ਔਰ ਰਾਬਤਾ ਨੰਬਰ ਹੈ। ਵੀਡੀਓ ਨੂੰ ਦੋਸਤੋ ਸ਼ੇਅਰ ਕਰਨਾ ਹੈ, ਇਹ ਸਾਡੀ ਆਪਣੇ ਵੀਰਾਂ ਨੂੰ ਖਸੂਸੀ ਰਿਕੁਐਸਟ ਹੈਗੀ ਹੈ। ਜ਼ਿੰਦਗੀ ਰਹੀ ਤਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣੇ ਮੇਜ਼ਬਾਨ ਫੈਸਲ ਜੋਈਆ ਦਿਓ ਇਜਾਜ਼ਤ। ਅੱਲਾ ਹਾਫਿਜ਼।